मारो हुण, मारो, असि तुहाडे सामने खड़े मारो अज सारा कुछ ठीक सीगा। ए पंजाब पुलिस रोक दी है, गवर्नमेंट आईडी साडी जब्त कीती इन्हां ने, पास है जेड़े सानू माननीय डीसी साहब ने दिते है, इत्थे जवाला पछाण अफसर है, तक दी परवाह नहीं कीती। कहिंदे तुसीं तुसीं जा कित्थे रहे सीगे? सर जी घर नूं जा रहे सी असीं, अपना काम खत्म करके घर नूं जा रहे सीगे, इन्हां ने रोके, पास होने बावजूद चलान कटे साडे, मीडिया ने बंदियां नाल धक्का कीता, मीडिया नूं डीसी साहब ने पास दिते है। ਅਸੀਂ ਵੀ ਪੁਲਿਸ ਚੌਕੀ ਰਿਪੋਰਟ ਕਰਾ ਕੇ ਆ ਰਹੇ, ਮੇਰਾ ਮੋਟਰਸਾਈਕਲ ਖੋ ਕੇ ਲੈ ਗਏ ਚੋਰ ਆ ਕੇ ਜੀ, ਸੀਏ ਬਣ ਕੇ ਆਏ ਸੀ, ਮੈਂ ਡਿਵੀਜ਼ਨ ਨੰਬਰ 5 ਤੋਂ ਆ ਰਿਹਾ, ਇਹਨਾਂ ਨੂੰ ਪ੍ਰੋਬਲਮ ਦੱਸੀ ਵੀ ਮੇਰਾ ਪੁਲਿਸ ਮੀਡੀਆ ਲੈ ਗਏ, ਮੋਬਾਈਲ ਵੀ ਖੋ ਕੇ ਲੈ ਗਏ, ਇਹਨਾਂ ਨੇ ਫਿਰ ਵੀ ਚਲਾਨ ਕੱਟਿਆ ਜੀ, ਇਹਨਾਂ ਨੇ ਤੁਹਾਡਾ ਫਿਰ ਵੀ ਧੱਕਾ, ਪੰਜਾਬ ਪੁਲਿਸ ਧੱਕਾ ਕਰ ਰਹੀ ਹੈ ਜੀ। ਪੰਜਾਬ ਪੁਲਿਸ ਸੀਗਾ ਸਿਵਲ ਹਸਪਤਾਲ ਤੋਂ ਆਇਆ ਸੀਗਾ, ਉਹਦੇ ਨਾਲ ਵੀ ਧੱਕਾ ਕੀਤਾ, ਇੱਥੇ ਪੈਦਲ ਉਹਦੀ ਬੀਬੀ। ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ, ਕਿੱਥੋਂ ਆ ਰਹੇ ਸੀਗੇ ਤੁਸੀਂ? ਅਸੀਂ ਜੀ ਗਿੱਲ ਚੌਂਕ ਦੇ ਵਿੱਚ ਖੜੇ ਹੋਏ ਆ, ਅਸੀਂ ਜੀ ਡਿਊਟੀ ਖਤਮ ਕਰਕੇ ਘਰ ਨੂੰ ਜਾ ਰਹੇ ਸੀਗੇ, ਇਹ ਪੰਜਾਬ ਪੁਲਿਸ ਨੇ ਸਾਡੇ ਪਾਸਿਸ ਹੋਣ ਦੇ ਬਾਵਜੂਦ ਸਾਡੇ ਚਲਾਨ ਕੱਟਣ ਦੀ ਕੋਸ਼ਿਸ਼ ਕੀਤੀ, ਸਾਡੇ ਨਾਲ ਹੱਥੋਬਾਈ ਕੀਤੀ, ਡੰਡੇ ਦਿਖਾਏ, ਸਾਨੂੰ ਛੁੱਟੀਆਂ ਮਾਰੀਆਂ। ਇਹ ਪੰਜਾਬ ਪੁਲਿਸ ਨੇ ਸ਼ਰੇਆਮ ਧੱਕਾ ਕੀਤਾ ਸਾਡੇ ਨਾਲ। ਤੁਸੀਂ ਇਹਨਾਂ ਨੂੰ ਦੱਸਿਆ ਨਹੀਂ ਕਿ ਅਸੀਂ ਆਪਦਾ ਕੰਮ ਖਤਮ ਕਰਕੇ ਵਾਪਸ ਜਾ ਰਹੇ ਹਾਂ ਜਾਂ ਕਿੱਥੋਂ? ਤੁਸੀਂ ਦੱਸਿਆ ਇਹਨਾਂ ਨੂੰ ਪਾਸ ਵੀ ਦਿਖਾਏ, ਇਹ ਸੁਣਨ ਨੂੰ ਤਿਆਰ ਹੀ ਨਹੀਂ ਸੀਗੇ। ਆਪਣੇ ਅਫਸਰ ਸ਼ਾਹੀ ਦੇ ਰੋਬ ਦੇ ਵਿੱਚ ਕਹਿੰਦੇ ਕਿ ਤੁਹਾਨੂੰ 84 ਦਿਲਾਵਾਂਗੇ, ਮਾਰਾਂਗੇ ਸਿੱਖਾਂ ਨੂੰ ਦੁਬਾਰਾ। ਇਹ ਜਵਾਲਾ ਪ੍ਰਸ਼ਾਦ ਅਫਸਰ ਹੈਗਾ, ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏ, ਕਿਹੜਾ ਬੰਦਾ ਹੈਗਾ ਵਾ ਜਿਹੜਾ ਸਿੱਖਾਂ ਨੂੰ ਮਾਰੇਗਾ ਦੁਬਾਰਾ। 84 ਦੀਵਾਨ ਦੀ ਗੱਲਾਂ ਕਰਦਾ ਜਿਹੜਾ, ਇਹ ਗਿੱਲ ਚੌਂਕ ਖੜੇ ਆ ਜੀ ਅਸੀਂ, ਤੇ ਗਿੱਲ ਚੌਂਕ ਦੇ ਵਿੱਚ ਆ ਦੋ, ਮੈਂ ਬੇਨਤੀ ਕਰਾਂਗਾ ਮੈਨੂੰ ਮਾਰ ਦਿਓ, ਮੈਂ ਮਰਨ ਨੂੰ ਤਿਆਰ ਹੈਗਾ ਵਾ। ਗਿੱਲ ਚੌਂਕ ਜੀ ਮਾਰਨਾ ਹੁਣ ਮਾਰ ਦਿਓ, ਗਿੱਲ ਚੌਂਕ ਦੋ ਵੀਰਾਂ ਨੂੰ ਜਿਹੜਾ ਅਫਸਰ ਮਾਰ ਦਿਓ, ਕਿਹੜੀ ਮਰਜ਼ੀ ਸਟੇਟਮੈਂਟ ਦੇ ਦਿਓ ਅਖਬਾਰਾਂ ਵਿੱਚ ਕਿ ਦੋ ਮੁੰਡੇ ਜਾਂਦੇ ਸੀਗੇ, ਤੁਹਾਡੇ ਉੱਪਰ ਕੋਈ ਪਰਚਾ ਨਹੀਂ ਹੋਣਾ। ਜ਼ੋਰ ਜ਼ੋਰ ਗਿੱਲ ਚੌਂਕ ਅਸੀਂ ਖੜੇ ਹਾਂ ਜੀ, ਤੇ ਇੱਥੇ ਦੋ ਵੀਰਾਂ ਨੂੰ ਜਿਹੜਾ ਪੁਲਿਸ ਵੱਲੋਂ ਰੋਕਿਆ ਗਿਆ ਪ੍ਰਸ਼ਾਸਨ ਵੱਲੋਂ, ਤੇ ਇਹਨਾਂ ਦੇ ਆਪਣੇ ਇਹਨਾਂ ਵੀਰਾਂ ਦੇ ਕਹਿਣ ਮੁਤਾਬਕ ਕਿ ਪੁਲਿਸ ਨੇ ਸਾਡੇ ਤੋਂ ਪਾਸ ਮੰਗੇ ਤੇ ਅਸੀਂ ਪਾਸ ਦਿਖਾਇਆ, ਦਿਖਾਉਣ ਤੋਂ ਬਾਅਦ ਫਿਰ ਵੀ ਜਿਹੜਾ ਚਲਾਨ ਕੱਟੇ ਗਏ ਆ, ਇਹਨਾਂ ਦੇ ਕਹਿਣ ਮੁਤਾਬਕ ਕੋਈ ਹੱਥੋਬਾਈ ਹੋਈ ਆ, ਤੇ ਇੱਥੇ ਗੱਲ ਇਸ ਕਰਕੇ ਵਧੀ ਹੋਈ ਆ, ਮਾਹੌਲ ਖਰਾਬ ਹੈ। ਹੋਰ ਵੀ ਇੱਕ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਬੰਦਾ ਦੇਖਿਆ, ਉਹ ਲੰਘ ਰਿਹਾ ਸੀ, ਉਹ ਕਹਿੰਦਾ ਮੈਂ ਆਪਣੀ ਕੰਪਲੇਂਟ